ਡਾਕਟਰ ਐਸਤਰ ਸੇਮ ਦੀ ਕਹਾਣੀ ਰਿਸ਼ਤਿਆਂ ਦੇ ਰੰਗ ਦਾ ਅਗਲਾ ਭਾਗ ਨੋਨੀ ਸਨੇ ਆਜ਼ਾਦ ਨੂੰ ਵੇਖ ਕੇ ਬਖਸ਼ੀ ਹੈਰਾਨ ਹੋ ਗਿਆ ਸੀ ਜਦ ਸਾਰੀ ਕਹਾਣੀ ਸੁਣੀ ਤਾਂ ਉਹਦੀਆਂ ਅੱਖਾਂ ਸਿੱਲੀਆਂ ਹੋ ਗਈਆਂ ਉਹਨੇ ਘਰਦਿਆਂ ਨੂੰ ਕੁਝ ਨਾ ਦੱਸਿਆ ਬਖਸ਼ੀ ਨੇ ਪਤਨੀ ਨੂੰ ਇੰਨਾ ਹੀ ਦੱਸਿਆ ਕਿ ਆਜ਼ਾਦ ਕੁਝ ਬਿਮਾਰ ਹੈ ਤੇ ਡਾਕਟਰਾਂ ਨੇ ਉਹਨੂੰ ਪਹਾੜਾਂ 'ਚ ਆਰਾਮ ਕਰਨ ਦੀ ਸਲਾਹ ਦਿੱਤੀ ਬਖਸ਼ੀ ਦੀ ਪਤਨੀ ਲਈ ਆਜ਼ਾਦ ਕੋਈ ਉਪਰਾ ਨਹੀਂ ਸੀ ਉਹਦੀ ਉਸੇ ਤਰ੍ਹਾਂ ਆਸਾਨਮਨ ਸੀ ਜਿਵੇਂ ਖੁਦ ਬਖਸ਼ੀ ਕਈ ਮਹੀਨੇ ਆਜ਼ਾਦ ਨੇ ਤੰਗ ਦਸਤੀ ਦੇ باوجود ਬਖਸ਼ੀ ਤੇ ਉਹਦੇ ਪਰਿਵਾਰ ਨੂੰ ਆਪਣੇ ਘਰ ਰੱਖਿਆ ਸੀ ਬਾਗ ਦਾ ਕੰਮ ਸਾਂਝੀ ਕਰਦੇ ਜਾਂ ਨੌਕਰ ਬਖਸ਼ੀ ਤਾਂ ਬਸ ਤੋਰਫਰਾ ਕਰਦਾ ਸੀ ਜਾਂ ਹਿਸਾਬ ਰੱਖਦਾ ਆਜ਼ਾਦ ਦੇ ਆਉਣ ਤੇ ਉਹਨੂੰ ਇਸ ਤਰ੍ਹਾਂ ਲੱਗਾ ਜਿਵੇਂ ਉਹਨੂੰ ਸਹਾਰਾ ਮਿਲ ਗਿਆ ਹੋਵੇ ਉਹ ਆਜ਼ਾਦ ਤੋਂ ਸਲਾਹ ਲੈਂਦਾ ਰਹਿੰਦਾ ਆਜ਼ਾਦ ਨੂੰ ਵੀ ਲੱਗਦਾ ਜਿਵੇਂ ਇੱਥੇ ਵੀ ਉਹ ਕੁਝ ਕਰ ਰਿਹਾ ਹੈ ਪਰ ਫੇਰ ਵੀ ਦਿਨ ਲੰਘਣ 'ਚ ਨਾ ਆਉਂਦਾ ਬਖਸ਼ੀ ਜਾਣਦਾ ਸੀ ਵਿਲੇ ਸਮੇਂ ਆਜ਼ਾਦ ਅਕਸਰ ਕਿਤਾਬਾਂ ਪੜ੍ਹਦਾ ਹੈ ਸਿਧਾਂਤਕ ਕਿਤਾਬਾਂ ਤੋਂ ਉਕਤਾ ਜਾਣ ਪਿੱਛੋਂ ਉਹ ਵਧੀਆ ਨੋਵਲ ਪੜ੍ਹਦਾ ਹੈ ਅਸਲੀ ਮਨੁੱਖ ਦੀ ਕਹਾਣੀ ਮਾਂ ਤੇ ਸੂਰਮੇ ਦੀ ਸਿਰਜਣਾ ਨਾਵਲ ਬਖਸ਼ੀ ਨੇ ਕਿਸੇ ਵੇਲੇ ਆਜ਼ਾਦ ਕੋਲੋਂ ਲੈ ਕੇ ਹੀ ਪੜੇ ਸਨ ਉਹਨੂੰ ਕੋਈ ਨਵੀਂ ਕਿਤਾਬ ਲੈ ਆ ਕੇ ਦੇਣਾ ਚਾਹੁੰਦਾ ਸੀ ਤਾਂ ਜੋ ਉਹਦਾ ਸਮਾਂ ਠੀਕ ਲੰਘ ਸਕੇ ਪਰ ਆਜ਼ਾਦ ਦੇ ਕਹੇ ਉੱਤੇ ਉਹਨੇ 2 ਕੁ ਕਿਲੋਮੀਟਰ ਤੇ ਪੈਂਦੇ ਕਾਲਜ ਦੀ ਲਾਇਬ੍ਰੇਰੀ ਵਿੱਚੋਂ ਅਸਲੀ ਇਨਸਾਨ ਦੀ ਕਹਾਣੀ ਨਾਵਲ ਲਿਆ ਦਿੱਤਾ ਨਾਵਲ ਦਾ ਦਾ ਆਜ਼ਾਦ ਨੇ ਪਹਿਲੇ ਦਿਨੀ ਪੂਰਾ ਕਰ ਦਿੱਤਾ ਠੰਡੀ ਰੁਮਕਦੀ ਹਵਾ ਕਾਰਨ ਆਜ਼ਾਦ ਨੂੰ ਪੜਨ ਥੋਰ ਵੀ ਆਨੰਦ ਆ ਰਿਹਾ ਸੀ ਨਾਵਲ ਦਾ ਨਾਇਕ ਇਲੈਕਸਾਈ ਜਰਮਨਾ ਵਿਰੁੱਧ ਲੜਦਾ ਆਪਣੀਆਂ ਟੰਗਾਂ ਗਵਾ ਬੈਠਦਾ ਪਰ ਉਸ ਅੰਦਰ ਮੁਰ ਜਹਾਜ਼ ਚਲਾਉਣ ਦੀ ਲਾਲਸਾ ਬਣੀ ਰਹਿੰਦੀ ਹੈ ਇਸ ਲਈ ਉਹ ਕੀ ਹਸਪਤਾਲ ਤੇ ਕੀ ਫੌਜੀ ਦਫਤਰ ਹਰ ਥਾਂ ਤਾਲਮੇਲ ਪੈਦਾ ਕਰਦਾ ਹੈ ਕਸਰਤਾਂ ਕਰਦਾ ਹੈ ਬਨੌਟੀ ਲਤਾਂ ਅਸਲੀ ਲਤਾਂ ਵਾਂਗ ਲਚਕੀ ਲੀਆਂ ਬਣਾ ਲੈਂਦਾ ਤੇ ਛੇਕੜ ਹਵਾਈ ਜਹਾਜ਼ ਉਡਾ ਕੇ ਜਰਮਨ ਫਾਸਿਸਟਾ ਵਿਰੁੱਧ ਲੜਨ ਚ ਸਫਲ ਰਹਿੰਦਾ ਹੈ ਆਜ਼ਾਦ ਲਈ ਭਾਵੇਂ ਇਹ ਨਾਵਲ ਦੀ ਕਹਾਣੀ ਨਵੀਂ ਨਹੀਂ ਸੀ ਪਰ ਇਸ ਵੇਲੇ ਜਦੋਂ ਕਿ ਉਡਾਵਾ ਡੋਲ ਸੀ ਇਹ ਕਹਾਣੀ ਅਰਜਨ ਨੂੰ ਕ੍ਰਿਸ਼ਨ ਦੇ ਉਪਦੇਸ਼ ਤੋਂ ਘੱਟ ਨਹੀਂ ਸੀ ਤਾਂ ਕਿ ਮੈਨੂੰ ਆਪਣੇ ਅਸਲੀ ਟਿਕਾਣੇ ਤੇ ਚਲੇ ਜਾਣਾ ਚਾਹੀਦਾ ਹੈ ਇਸ ਵਾਲ ਅਜ਼ਾਦ ਦੇ ਮਗਜ਼ ਦੀਆਂ ਤਿਆਂ ਜਿਸ ਤਰ੍ਹਾਂ ਚੱਕਰ ਘਟ ਰਿਹਾ ਸੀ ਜਿਵੇਂ ਕੋਈ ਭੁੱਲਿਆ ਭਟਕਿਆ ਰਹੀ ਆਪਣੇ ਅਸਲੀ ਰਸਤੇ ਵੱਲ ਜਾ ਰਿਹਾ ਹੋਵੇ ਪਰ ਬਖਸ਼ੀ ਉਹਨੂੰ ਭੇਜਣ ਲਈ ਤਿਆਰ ਨਹੀਂ ਸੀ ਚਲੋ ਸੈਰੀ ਸਈ ਐਂ ਤਾਂ ਤੁਸੀਂ ਹੋਣਾ ਨਹੀਂ ਸੀ ਮਿੰਝੋ ਤਾਂ ਮਸਾਂ ਸੇਵਾ ਦਾ ਮੌਕਾ ਮਿਲਿਆ ਬਖਸ਼ੀ ਦੇ ਪਹਾੜੀ ਲਹਿਜੇ ਵਾਲੀ ਪੰਜਾਬੀ ਦੀ ਇਹ ਮਿਠਾਸ ਤੇ ਆਪਣਤ ਨੇ ਆਜ਼ਾਦ ਦੀ ਮੂੜ ਘਰ ਵੱਲ ਫੇਰੀ ਚ ਵਿਗਨ ਪਾ ਦਿੱਤਾ ਅਗਲੇ ਦਿਨ ਦਾ ਅਖਬਾਰ ਆਇਆ ਅਖਬਾਰ 'ਚ ਵੀ ਖਬਰ ਸੀ ਕਿ ਕਪੂਰਥਲੇ 'ਚ ਸਿੱਖਾਂ ਨੰਗੀਆਂ ਤਲਵਾਰਾਂ ਨਾਲ ਜਲੂਸ ਕੱਢਿਆ ਇੱਕ ਨਾਰਾ ਇਹ ਵੀ ਲੱਗ ਰਿਹਾ ਸੀ ਪਹਿਲਾਂ ਵੱਡਾਂਗੇ ਮੋਨੇ ਫਿਰ ਝਾੜਾਂਗੇ ਝੋਨੇ ਇਸ ਖੁੱਲਮ ਖੁੱਲੀ ਫਿਰ ਕੁਜ਼ੈਰ ਨਾਲ ਆਜ਼ਾਦ ਦਾ ਪਾਈਕ ਵਾਰ ਫਿਰ ਝੰਡੋੜਿਆ ਗਿਆ ਆਖਰ ਉਹ ਇੱਥੇ ਬੈਠਾ ਕੀ ਕਰਦਾ ਹੈ ਇਸ ਬੁਝਦਲੀ ਦੀ ਜ਼ਿੰਦਗੀ ਨਾਲੋਂ ਤਾਂ ਮਰ ਜਾਣਾ ਬਿਹਤਰ ਹੈ ਸੋਚ ਕੇ ਉਹਨੇ ਵਾਪਸ ਜਾਣ ਦਾ ਇੱਕ ਵਾਰ ਫਿਰ ਮਨ ਬਣਾ ਲਿਆ ਮੈਂ ਤਾਂ ਤੇਰੇ ਲਈ ਖੋਰ ਨਾਵਲ ਲੈ ਕੇ ਆਇਆ ਕਬ ਫੋਨਾ ਛਾੜੇ ਕਿ ਤੇਰਾ ਮਨ ਪਉਂਦਾ ਨਾਵਲ ਨਾਵਲ ਇਹ ਸਾਹਮਣੇ ਬਖਸ਼ੀ ਖੜਾ ਸੀ ਇਹ ਉਹੀ ਨਾਵਲ ਸੀ ਜੋ ਕਦੇ ਪੰਜਾਬੀ ਚ ਸੂਰਮੇ ਦੀ ਸਿਰਜਣਾ ਸਿਰਲੇਖੇ ਛਪਿਆ ਸੀ ਆਜ਼ਾਦ ਨੇ ਦੋ ਦਿਨ ਹੋਰ ਰਟਕਣ ਦਾ ਫੈਸਲਾ ਕਰ ਲਿਆ ਉੱਥੇ ਰੁਜੀਮਿਆਂ ਵਿੱਚੋਂ ਨੇ ਉਹ ਤੋਂ ਇਹ ਨਾਵਲ ਨਹੀਂ ਸੀ ਪੜਿਆ ਜਾਣਾ ਇਹ ਸੋਚ ਕੇ ਉਹ ਨਾਵਲ ਚੁੱਕਿਆ ਤੇ ਘਰ ਦੇ ਪਿਛਵਾੜੇ ਅੰਬ ਦੀ ਛਾਂ ਹੇਠ ਜਾ ਬੈਠਾ ਪਾਵਲ ਕੋਰਚਾਗਨ ਕਮਾਲ ਦਾ ਸਾਹਸ ਸੀ ਅਸੀਂ ਤਾਂ ਯਾਰ ਇਹਦੇ پاس ਕੁ ਵਿੱਚ ਵੀ ਨਹੀਂ ਆ ਆਜ਼ਾਦ ਨਾਵਲ ਪੜਦਾ ਗਿਆ ਰੂਸ ਦਾ ਇਨਕਲਾਬ ਉਲਟ ਇਨਕਲਾਬੀਆਂ ਦੇ ਜੁਰਮ ਬਾਲਸ਼ਵਿਕਾਂ ਦੇ ਹੌਸਲੇ ਤੇ ਸਭ ਤੋਂ ਵੱਧ ਪਾਵੇਲ ਦੀ ਦਲੇਰੀ ਨੇ ਉਸ ਅੰਦਰ ਇਸ ਤਰ੍ਹਾਂ ਦਾ ਹੌਸਲਾ ਭਰਿਆ ਕਿ ਉਹਦਾ ਜੀ ਕਰਦਾ ਸੀ ਕਿ ਹੁਣੇ ਆਪਣੇ ਸ਼ਹਿਰ ਪਰਤ ਜਾਵੇ। ਬਕਸ਼ੀ ਨੂੰ ਦੱਸੇ ਬਿਨਾਂ ਜਿਵੇਂ ਪਾਵੇਲ ਆਪਣੀ ਮਾਂ ਤੇ ਭਰਾ ਨੂੰ ਦੱਸੇ ਬਿਨਾਂ ਉਲਟ ਇਨਕਲਾਬੀਆਂ ਦੇ ਵਿਰੁੱਧ ਜੰਗਣ ਲਈ ਨਿੱਤਰ ਪਿਆ ਸੀ। ਜਿੱਥੇ ਵੀ ਆਜ਼ਾਦ ਬਹਿੰਦਾ ਨੋਨੀ ਉਹਦੇ ਨਾਲ ਪੈਂਦਾ। ਇਸ ਸਾਥ ਨਾਲ ਵੀ ਆਜ਼ਾਦ ਨੂੰ ਅਜੀਬ ਜੀ ਤਸੱਲੀ ਮਿਲਦੀ। ਪਰ ਅਸਲੀ ਸਾਥ ਤੋਂ ਜਿਵੇਂ ਉਹ ਬਿਲਕੁਲ ਹੀ ਵਿਛੁਣਿਆ ਗਿਆ ਹੋਵੇ। ਉਹਦੇ ਅੰਦਰ ਉਹ ਸ਼ਹਿਰ ਦੀ ਹਰ ਫੈਕਟਰੀ ਦਾ ਨਕਸ਼ਾ ਇਸ ਤਰ੍ਹਾਂ ਬਣਿਆ ਹੋਇਆ ਸੀ ਜਿਵੇਂ ਦੂਰ ਹੁੰਦਾ ਹੋਇਆ ਵੀ ਉਹਨਾਂ ਦੇ ਬਿਲਕੁਲ ਕਰੀਬ ਹੋਵੇ। ਪਰ ਬਖਸ਼ੀ ਦੇ ਮੋਹ ਦੀਆਂ ਬੀੜੀਆਂ ਤੋੜ ਕੇ ਉਹਨਾਂ ਵਿੱਚ ਕਿਵੇਂ ਸ਼ਾਮਲ ਹੋਵੇ? ਇਹ ਆਜ਼ਾਦ ਲਈ ਇੱਕ ਸਮੱਸਿਆ ਸੀ। ਪਿੱਠੇ 'ਚ ਦਰਦ ਹੋਣ ਕਾਰਨ ਨੌਵਲ ਨੂੰ ਵਿਚਾਲੇ ਛੱਡ ਕੇ ਆਜ਼ਾਦ ਆਪਣੇ ਕਮਰੇ ਵੱਲ ਤੁਰ ਪਿਆ। ਉਹਨੂੰ ਬਖਸ਼ੀ ਤੇ ਉਹਦੀ ਪਤਨੀ ਦੇ ਝਗੜੰਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਰੁਕ ਗਿਆ। ਤੁਸੀਂ ਝੂਠ ਹੀ ਗਲਾਂਦੇ ਰਹੇ। ਜੇ ਇੱਥੇ ਆ ਗਏ ਸਿੱਖ ਸਾਂਝੋ ਵੀ ਮਾਰ ਦੇਣਗੇ ਬਖਸ਼ੀ ਦੀ ਪਤਨੀ ਡਸ ਘਰੀ ਸੀ ਇੱਥੇ ਕੋਈ ਨਹੀਂ ਆਉਂਦਾ ਕਿਸੇ ਨੂੰ ਕੀ ਪਤਾ ਆਜ਼ਾਦ ਇੱਥੇ ਹੈ ਨਾਲੇ ਭੁਲੀਏ ਉਹ ਦਿਨ ਯਾਦ ਕਰ ਜਦ ਭੁੱਖੇ ਮਰਦੇ ਅਸੀਂ ਆਜ਼ਾਦੀ ਸ਼ਰਨ ਚ ਗਏ ਸੀ ਕਾਰਖਾਨੇ ਚ ਆਜ਼ਾਦ ਨਹੀਂ ਮਿੰਜੋ ਲਵਾਇਆ ਸੀ ਨਾਲੇ ਕਈ ਮਹੀਨੇ ਆਪਣੇ ਘਰ ਰੱਖਿਆ ਸੀ ਐਈਏ ਆਸਾਨ ਫਰਮੋਸ਼ ਨਹੀਂ ਬਣੀਦਾ ਬਖਸ਼ੀ ਆਪਣੀ ਪਤਨੀ ਨੂੰ ਸਮਝਾ ਰਿਹਾ ਸੀ ਮਿੰਜੋ ਨਹੀਂ ਪਤਾ ਜੇ ਇਹਨੂੰ ਭੇਜਣਾ ਨਹੀਂ ਮੈਂ ਚਲੀ ਜਾਨੀ ਆ ਆਪਣੇ ਪਿਓ ਕੇ ਬੱਚੜਿਆਂ ਨੂੰ ਲੈ ਕੇ ਬਖਸ਼ੀ ਦੀ ਪਤਨੀ ਨੇ ਦੇ ਦੁਸਕਣ ਦੀ ਰਫਤਾਰ ਹੋਰ ਤੇਜ਼ ਹੋ ਗਈ ਸੀ ਆਈਏ ਕਿ ਮੈਂ ਗੱਲਾਂ ਮਤਲਬ ਬੋਲਾਂ ਆਜ਼ਾਦ ਨੂੰ ਬਈ ਜਾ ਬੜੀ ਮੁਸ਼ਕਲ ਗੱਲ ਲੱਗਦੀ ਐ ਮਿੰਝੋ ਤਾਂ ਗੱਲਾਨਾ ਬਖਸ਼ੀ ਆਪਣੀ ਪਤਨੀ ਲక్ష్ਮੀ ਨੂੰ ਸਮਝਾਉਣ ਦਾ ਯਤਨ ਕਰ ਰਿਹਾ ਸੀ ਆਜ਼ਾਦ ਸੁਣ ਕੇ ਜਿਵੇਂ ਪਥਰਾ ਗਿਆ ਹੋਵੇ ਉਹਦੇ ਕਦਮ ਕਮਰੇ ਵੱਲ ਵੱਧਨੇ ਔਖੇ ਹੋ ਗਏ ਸਨ ਉਹਦੇ ਪੈਰਾਂ ਨਾਲ ਜਿਵੇਂ ਕਿਸੇ ਨੇ ਮਣਾਮੂਹੀ ਪੱਥਰ ਬੰਨ ਦਿੱਤੇ ਹੋਣ ਬਾਰੇ ਪੈਰਾ ਨਾਲ ਉਹ ਮਸਾ ਆਪਣੇ ਕਮਰੇ ਤੱਕ ਆਇਆ ਸੀ ਆਜ਼ਾਦ ਨੂੰ ਦੇਖ ਕੇ ਲక్ష్ਮੀ ਰਸੋਈ ਵੱਲ ਚਲੀ ਗਈ ਆਜ਼ਾਦ ਲਈ ਬਖਸ਼ੀ ਰੋਟੀ ਪਾ ਕੇ ਲੈ ਆਇਆ ਸੀ ਪਰ ਉਹਨੇ ਰੋਟੀ ਖਾਣ ਤੋਂ ਇਹ ਕਹਿ ਕੇ ਨਾ ਕਰਤੀ ਵੀ ਆਏ ਉਹਦੀ ਤਬੀਅਤ ਠੀਕ ਨਹੀਂ ਹੈ ਬਖਸ਼ੀ ਨੇ ਉਹਨੂੰ ਰੋਟੀ ਖਾਣ ਲਈ ਤਾਂ ਬਾਰ ਬਾਰ ਕਿਹਾ ਸੀ ਪਰ ਉਹਦੀ ਜ਼ੁਬਾਨ 'ਚ ਪਹਿਲਾਂ ਵਾਲੀ ਆਪਣਾਤਾ ਆਜ਼ਾਦ ਨੂੰ ਨਹੀਂ ਸੀ ਮਹਿਸੂਸ ਹੋਈ ਦਵਾਦਾਰੂ ਬਾਰੇ ਵੀ ਬਖਸ਼ੀ ਨੇ ਉਹਨੂੰ ਪੁੱਛਿਆ ਸੀ ਪਰ ਇਹ ਪੁੱਛਣਾ ਵੀ ਆਜ਼ਾਦ ਨੂੰ ਰਸਮੀ ਜਿਹਾ ਹੀ ਲੱਗਿਆ ਤੁਸੀਂ ਆਰਾਮ ਕਰੋ ਫਿਰ ਮੈਂ ਜ਼ਰਾ ਆੜੂਆਂ ਦੇ ਬਾਗ ਵੱਲ ਜਾਵਾਂ ਬਖਸ਼ੀ ਜੀ ਨੇ ਬੇਰੁਖੀ ਜਿਹੀ ਨਾਲੇ ਕਹਿ ਕੇ ਕਮਰੇ ਤੋਂ ਬਾਹਰ ਆ ਗਿਆ ਸੀ ਆਜ਼ਾਦ ਆਰਾਮ ਕਰਨ ਲਈ ਅੰਬੇਹਟੋਂ ਉੱਠ ਕੇ ਕਮਰੇ ਵੱਲ ਤੁਰਿਆ ਸੀ ਪਰ ਉਹ ਪੂਰੀ ਤਰ੍ਹਾਂ ਬੇਆਰਾਮ ਸੀ ਉਹਦੀ ਭੈਣ ਕੁਸ਼ਲਿਆ ਤੇ ਉਹਦੀ ਭਤੀਜੀ ਤੋਸ਼ੀ ਬਾਰੇ ਕਹਿੰਆਂ ਉਹਦੀ ਪਤਨੀ ਦੀਆਂ ਗੱਲਾਂ ਉਹਨੂੰ ਯਾਦ ਆ ਰਹੀਆਂ ਸਨ ਮਨਜੇ ਤੇ ਪਿਆ ਜਿਵੇਂ ਉਹ ਰਿਸ਼ਤਿਆਂ ਦੇ ਆਰ ਪਾਰ ਵੇਖ ਰਿਹਾ ਉਹ ਵੀ ਉਹਨੂੰ ਲੱਗਿਆ ਜਿਵੇਂ ਹਰ ਮਨੁੱਖ ਬਸ ਆਪਣੇ ਲਈ ਜੀ ਰਿਹਾ ਕੋਈ ਕਿਸੇ ਦਾ ਭਰਾ ਨਹੀਂ ਕੋਈ ਕਿਸੇ ਦੀ ਭੈਣ ਨਹੀਂ ਕੋਈ ਕਿਸੇ ਦੀ ਧੀ ਨਹੀਂ ਕੋਈ ਕਿਸੇ ਦਾ ਦੋਸਤ ਨਹੀਂ ਇਸ ਤਰ੍ਹਾਂ ਦੀਆਂ ਸੋਚਾਂ ਨੇ ਉਹਨੂੰ ਹੋਰ ਬੇਚੈਨ ਕਰ ਦਿੱਤਾ ਮਨੁੱਖ ਪਰਿਵਾਰ ਤੇ ਸਮਾਜ ਦੇ ਅਰਥਾਂ ਦਾ ਅਨਰਥ ਹੁੰਦਾ ਉਹ ਆਪਣੀ ਅੱਖੀਂ ਵੇਖ ਰਿਹਾ ਸੀ ਇਸ ਤਰ੍ਹਾਂ ਦੀ ਨਿਰਾਸ਼ਾ ਦੀ ਘੂਮਣ ਘੇਰੀ ਚ ਉਹ ਪਹਿਲੀ ਵਾਰ ਫਸਿਆ ਸੀ ਉਹਨੂੰ ਲੱਗਿਆ ਜਿਵੇਂ ਜੰਗ ਕਾਲ ਪੁਚਾਲ ਤੇ ਹੜ ਵਿੱਚ ਰਿਸ਼ਤਿਆਂ ਦੇ ਅਰਥ ਬਦਲ ਜਾਂਦੇ ਹਨ ਸਾਂਵੀ ਪੱਧਰੀ ਜ਼ਿੰਦਗੀ 'ਚ ਹੀ ਰਿਸ਼ਤਿਆਂ ਦੇ ਕੁਝ ਨਾ ਹੁੰਦੇ ਹਨ ਇਹ ਸੋਚ ਕੇ ਉਹਨੇ ਆਪਣੇ ਮਨ 'ਚ ਮੁੜ ਘਰ ਪਰਤਣ ਦਾ ਫੈਸਲਾ ਕਰ ਲਿਆ ਉਹਨੂੰ ਹੁਣ ਇੱਕ 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 ਪਲ ਵੀ ਵਰਿਆਂ ਵਰਗਾ ਜਾਪ ਰਿਹਾ ਸੀ ਵਿਚੈਨੀ ਜਈ ਚ ਉਸ ਉੱਠ ਕੇ ਕਿੱਲੇ ਤੇ ਲਟਕਦੇ ਆਪਣੇ ਕੱਪੜੇ ਲਾ ਕੇ ਬੈਗ ਚ ਪਾਉਣੇ ਸ਼ੁਰੂ ਕਰ ਦਿੱਤੇ ਤੇ ਬਕਸ਼ੀ ਦੀ ਉਡੀਕ ਕਰਨ ਲੱਗਾ ਜਦੋਂ ਬਕਸ਼ੀ ਨਾ ਹੀ ਆਇਆ ਆਜ਼ਾਦ ਨੇ ਸੋਚਿਆ ਕਿ ਉਹ ਲక్ష్ਮੀ ਨੂੰ ਕਹਿ ਕੇ ਚਲਾ ਜਾਵੇ ਪਰ ਪਤਾ ਨਹੀਂ ਉਸ ਅੰਦਰ ਅਜੇ ਵੀ ਰਿਸ਼ਤਿਆਂ ਦੀ ਕਿਹੜੀ ਜਕੜ ਸੀ ਕਿ ਉਹ ਜਿਆ ਨਾ ਕਰ ਸਕਿਆ ਬੈਗ ਨੂੰ ਉਹਨੇ ਚੁੱਕ ਕੇ ਬਰਾਂਡੇ ਚ ਰੱਖ ਲਿਆ ਤੇ ਬਰਾਂਡੇ ਚ ਹੀ ਪਏ ਮੂੜੇ ਤੇ ਬੈਠ ਕੇ ਬਕਸ਼ੀ ਦੀ ਉਡੀਕ ਕਰਨ ਲੱਗਾ ਲక్ష్ਮੀ ਆਜ਼ਾਦ ਲਈ ਸ਼ਾਮ ਦੀ ਚਾਹ ਲੈ ਕੇ ਆਈ ਉਹਦੇ ਬਾਰ-ਬਾਰ ਕਹਿਣ ਤੇ ਆਜ਼ਾਦ ਨੂੰ ਚਾਹ ਤਾਂ ਫੜਨੀ ਪਈ ਪਰ ਚਾਹ ਉਹਨੇ ਪਹਿਲਾਂ ਮੰਗ ਪੀਤੀ ਨਹੀਂ ਸੀ ਬਸ ਐਵੇਂ ਅੰਦਰ ਸੁੱਟ ਲਈ ਸੀ ਲక్ష్ਮੀ ਨੇ ਬਰਾਂਡੇ 'ਚ ਪਏ ਆਜ਼ਾਦ ਦੇ ਬੈਗ ਵੱਲ ਚੋਰ ਨਜ਼ਰਾਂ ਨਾਲ ਵੇਖਿਆ ਪਰ ਕੁਝ ਵੀ ਨਾ ਬੋਲੀ ਉਹਨੇ ਆਜ਼ਾਦ ਤੋਂ ਕੁਝ ਵੀ ਨਾ ਪੁੱਛਿਆ ਖਾਲੀ ਗਲਾਸ ਚੁੱਕਣ ਵੇਲੇ ਉਹਦੀ ਨਜ਼ਰ ਕਮਰੇ 'ਚ ਗਈ ਸੀ ਕਿੱਲੇ ਤੇ ਆਜ਼ਾਦ ਦੇ ਕੱਪੜੇ ਨਾ ਵੇਖ ਕੇ ਉਹਨੂੰ ਸਭ ਕੁਝ ਸਮਝ ਆ ਗਿਆ ਸੀ ਇਹ ਸਭ ਕੁਝ ਦੀ ਜ਼ਿੰਮੇਵਾਰੂ ਆਪ ਹੀ ਤਾਂ ਸੀ ਧੁੱਪ ਢਲ ਕੇ ਕੰਧਾਂ ਦੇ ਸਿਰੇ ਤੇ ਪਹੁੰਚ ਗਈ ਉਹਨਾਂ ਨੂੰ ਆਖਰੀ ਬਸ ਮਿਲਣ ਦੀ ਆਸ ਨਹੀਂ ਸੀ ਪਰ ਉਹਦਾ ਮਨ ਵਰਾਂਡੇ 'ਚ ਪਈ ਬੈਗ ਨੂੰ ਮੁੜ ਕਮਰੇ 'ਚ ਰੱਖਣ ਲਈ ਨਾ ਮੰਨਿਆ। "ਅੱਛਾ ਬਖਸ਼ੀ ਜੀ ਮੈਂ ਚੱਲਿਆ।" ਬਖਸ਼ੀ ਨੂੰ ਆਉਂਦੇ ਵੇਖ ਕੇ ਆਜ਼ਾਦ ਮੂੜੇ ਤੋਂ ਉੱਠ ਖਲੋਇਆ ਸੀ। "ਨਹੀਂ ਨਹੀਂ ਅਜੇ ਤਾਂ ਮਤੇ। ਮਤਲਬ ਬੜੇ ਦਿਨ ਰਹਿਣਾ ਤੁਸੀਂ ਇੱਥੇ। ਐ ਨਹੀਂ ਜਾਣਦੇ ਨਾ ਤੁਹਾਨੂੰ ਬਖਸ਼ੀ ਦੀ ਆਵਾਜ਼ 'ਚ ਉਪਰਾਪਨ ਸੀ। ਉਹਨੂੰ ਸਮਝਣ 'ਚ ਕੋਈ ਦੇਰ ਨਾ ਲੱਗੀ ਕਿ ਆਜ਼ਾਦ ਨੂੰ ਉਹਨਾਂ ਦੇ ਘਰੇਲੂ ਝਗੜੇ ਦਾ ਪਤਾ ਲੱਗ ਗਿਆ। ਇਸ ਲਈ ਉਹਨੇ ਕੁਝ ਰਸਮੀ ਜਿਹੀਆਂ ਗੱਲਾਂ ਕਰਕੇ ਆਜ਼ਾਦ ਨੂੰ ਅਗਲੇ ਦਿਨ ਸਵੇਰੇ ਜਾਣ ਲਈ ਮਨਾ ਹੀ ਲਿਆ। ਸਵੇਰੇ ਜਦ ਬਿਨਾ ਨਾਤੇ ਤੋਂ ਤੋਤੇ ਆਜ਼ਾਦ ਜਾਣ ਲਈ ਤਿਆਰ ਹੋ ਗਿਆ ਬਖਸ਼ੀ ਨੇ ਅੰਬਾਂ ਦੀ ਇੱਕ ਟੋਕਰੀ ਤਿਆਰ ਕਰਦਿਆਂ ਕਿਆ ਆਜ਼ਾਦੀ ਇਹ ਤੋਹਫਾ ਲੈ ਜਾਣਾ ਮੇਰੀ ਪਰਜਾਈ ਤੇ ਬੱਚਿਆਂ ਲਈ ਅੰਬ ਅਜੇ ਕੁਝ ਕੱਚੇ ਨੇ 2-3 ਦਿਨਾਂ ਚ ਪੱਕ ਜਾਣਗੇ ਬਖਸ਼ੀ ਇਹ ਮੌਸਮ ਠੀਕ ਨਹੀਂ ਇਸ ਰੁੱਤ ਚ ਤਾਂ ਪੱਕੇ ਅੰਬ ਵੀ ਖੱਟੇ ਤੇ ਬੇਸਵਾਦ ਹੋ ਰਹੇ ਨੇ ਮੈਂ ਕਿੱਥੇ ਝੁੱਕਾਂਗਾ ਇਹ ਭਾਰ ਕੱਚੇ ਅੰਬਾਂ ਦਾ ਨਾਲੇ ਕੱਚੇ ਅੰਬ ਪੱਕ ਕੇ ਮਿੱਠੇ ਵੀ ਬਣ ਸਕਦੇ ਹਨ ਤੇ ਗਲ ਵੀ ਸਕਦੇ ਹਨ ਸੁਣ ਕੇ ਬਖਸ਼ੀ ਵੀ ਛਿੱਥਾ ਜੇ ਪੈ ਗਿਆ आजाद ਦੇ ਬੋਲਾਂ 'ਚ ਵਿਅੰਗ ਸੀ ਬਖਸ਼ੀ ਸਮਝ ਗਿਆ ਸੀ ਇਸ ਲਈ ਇੱਕ ਦੋ ਵਾਰ ਹੋਰ ਕਹਿ ਕੇ ਉਹਨੇ ਟੋਕਰੀ ਲਜਾਣ ਲਈ ਆਜ਼ਾਦ ਤੇ ਜ਼ੋਰ ਨਾ ਪਾਇਆ ਲక్ష్ਮੀ ਨੇ ਵੀ ਆ ਕੇ ਕਿਹਾ ਪਰ ਉਹ ਵੀ ਆਜ਼ਾਦ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਉਹ ਕੋਈ ਨਾਟਕ ਖੇਡ ਰਹੀ ਹੋਵੇ ਬੱਸ ਵਿੱਚ ਬਹਿ ਕੇ ਉਹਨਜਤਾ ਆਜ਼ਾਦ ਸੌਖਾ ਸੌਖਾ ਮਹਿਸੂਸ ਕਰ ਰਿਹਾ ਸੀ ਪਰ ਇੱਕ ਅਜੀਬ ਜਿਹਾ ਤਣਾਅ ਉਹਦਾ ਖਹਿੜਾ ਨਹੀਂ ਸੀ ਛੱਡ ਰਿਹਾ ਸੈਂਚਰੀ ਦਾ ਮੈਨੇਜਰ ਡੀਐਸਪੀ ਅਲਾਲ ਸਿੰਘ ਉਹਦਾ ਆਪਣਾ ਸਾਕਾ ਭਨੋਇਆ ਧੀਰਥਰਾਮ ਭੈਣ ਕੁਸ਼ਲਿਆ ਭਰਾ ਦਾ ਜਵਾਈ ਧਰਮਚੰਦ ਪਤੀਜੀ ਤੋਸ਼ੀ ਭਰਾਵਾ ਵਰਗਾ ਦੋਸਤ ਬਖਸ਼ੀ ਬਖਸ਼ੀ ਦੀ ਪਤਨੀ ਲక్ష్ਮੀ ਕਿੰਨੇ ਹੀ ਕਿਰਦਾਰ ਉਹਦੀ ਸੋਚ ਨਾਲ ਆ ਕੇ ਟਕਰਾਰ ਰਹੇ ਸਨ ਪਰ ਉਹ ਨੂੰ ਨਾ ਸੈਂਚਰੀ ਦੇ ਮੈਨੇਜਰ ਤੇ ਗੁਸਾਰਿਆ ਸੀ ਨਾ ਡੀਐਸਪੀ ਅਲਾਲ ਸਿੰਘ ਤੇ ਉਹ ਸਰਮਾਇਦਾਰਾਂ ਤੇ ਪੁਲਿਸ ਅਫਸਰਾਂ ਦਾ ਖਾਸਾ ਖਾਸਾ ਖੂ ਪਹਿਚਾਣ ਦਾ ਸੀ ਇਹਨਾਂ ਗਿਰਗਟਾਂ ਤੇ ਉਹ ਨੂੰ ਕੋਈ ਗਿਲਾ ਨਹੀਂ ਸੀ ਗਿਲਾਸੀ ਤਾਂ ਉਹ ਨੂੰ ਤੀਰਤਰਾਮ ਤੇ ਕੁਛ ਲੱਿਆਂ ਤੇ ਸੀ ਜਿਨ੍ਹਾਂ ਦੇ ਉਸ ਨੇ ਕਈ ਵਿਗੜੇ ਕੰਮ ਸਵਾਰੇ ਸਨ ਉਹ ਨੂੰ ਇਹ ਪਤਾ ਹੋਣ ਦੇ ਬਾਵਜੂਦ ਵੀ ਕਿ ਤੀਰਥਰਾਮ ਤੇ ਕੁਸ਼ਲਿਆ ਉਹਦੀਆਂ ਟ੍ਰੇਡ ਯੂਨੀਅਨ ਸਰਗਰਮੀਆਂ ਤੋਂ ਔਖੇ ਹਨ ਉਹਨੇ ਉਹਨਾਂ ਨਾਲ ਆਪਣਾ ਰਿਸ਼ਤਾ ਤੋੜਿਆ ਨਹੀਂ ਸੀ ਉਹ ਹਰ ਦੁੱਖ ਸੁੱਖ ਚ ਉਹਨਾਂ ਦੇ ਘਰ ਜਾਂਦਾ ਉਹਨਾਂ ਦੀਆਂ ਕਈਆਂ ਗੱਲਾਂ ਚੁਪ ਕਰਕੇ ਸੁਣ ਲੈਂਦਾ ਕਦੇ ਉਹਨੂੰ ਲੱਗਦਾ ਜਿਵੇਂ ਉਹਦੇ ਭਲੇ ਦੀਆਂ ਹੀ ਗੱਲਾਂ ਕਰ ਰਏ ਹਨ ਕਦੇ ਉਹਨੂੰ ਲੱਗਦਾ ਵਿਚਾਰਾਂ ਦੀ ਟੱਕਰ ਕਰਨ ਤੀਰਥਰਾਮ ਤੇ ਕੁਸ਼ਲਿਆ ਨੂੰ ਰੋਕਦੇ ਟੋਕਦੇ ਰਹਿੰਦੇ ਹਨ ਉਹਨੂੰ ਯਾਦ ਸੀ ਕਿਵੇਂ ਉਹਨੂੰ ਉਹਦੀ ਭੈਣ ਕੁਸ਼ਲਿਆ ਤੀਰਥਰਾਮ ਤੋਂ ਚੋਰੀਆਂ ਕਈ ਵਾਰ ਉਹਨਾਂ ਦੀ ਮਦਦ ਕਰ ਚੁੱਕੀ ਸੀ ਉਹਨੂੰ ਕਈ ਵਾਰ ਭੈਣ ਤੋਂ ਉਧਾਰੇ ਰੁਪਏ ਫੜਨੇ ਪਏ ਸਨ ਜਦੋਂ ਮੋੜ ਦਾ 5-7 ਰੁਪਏ ਵੱਧ ਜੋੜ ਕੇ ਮੋੜਦਾ। ਉਹਨਾਂ ਦੇ ਕੰਮ ਕਰਨਾ ਆਪਣਾ ਫਰਜ਼ ਸਮਝਦਾ। ਉਹਦੇ ਹੁੰਦੇ ਤੀਰਥਰਾਮ ਨੂੰ ਕਦੇ ਕਿਸੇ ਦਫ਼ਤਰ ਜਾਣ ਦੀ ਲੋੜ ਨਹੀਂ ਸੀ ਪਈ। ਆਜ਼ਾਦ ਤੋਂ ਡਰਦਾ ਮਾਰਾ ਹੀ ਕੋਈ ਸੇਲ ਟੈਕਸ ਇਨਸਪੈਕਟਰ ਤੀਰਥਰਾਮ ਦੀ ਦੁਕਾਨ ਤੇ ਨਹੀਂ ਸੀ ਚੜਿਆ। ਇਨਕਮ ਟੈਕਸ ਵਾਲੇ ਵੀ ਜਾਣਦੇ ਸੀ ਕਿ ਤੀਰਥਰਾਮ ਆਜ਼ਾਦ ਦਾ ਰਿਸ਼ਤੇਦਾਰ ਹੈ। ਤੀਰਥਰਾਮ ਜਿਵੇਂ ਰਿਟਰਨ ਭਰ ਦਿੰਦਾ ਇਨਕਮ ਟੈਕਸ ਵਾਲਿਆਂ ਕਦੇ ਕੋਈ ਮੀਨਮੇਕ ਨਹੀਂ ਸੀ ਕੱਢੀ। ਇਹਨਾਂ ਮਹਿਕਮਿਆਂ ਦੇ ਚਪੜਾਸੀ ਦਿਵਾਲੀ ਦੁਸਹਿਰਾ ਲੈਣ ਵੀ ਕਦੇ ਤੀਰਥਰਾਮ ਦੀ ਦੁਕਾਨ ਤੇ ਨਹੀਂ ਸੀ ਗਏ। ਕੁਸ਼ਲਿਆ ਦਾ ਵੱਡਾ ਪੁੱਤਰ ਜਦੋਂ ਡਾਕਟਰ ਬਣਿਆ ਆਜ਼ਾਦ ਦੀ ਭਜ ਨਾਟਕ ਕਰਨੀ ਉਹ ਛੇਤੀ ਨੌਕਰੀ ਤੇ ਲੱਗ ਗਿਆ ਸੀ। ਆਜ਼ਾਦ ਜਦੋਂ ਵੀ ਆਪਣੇ ਭਾਂਜੇ ਨਾਲ ਕਿਤੇ ਜਾਂਦਾ ਉਹਨੇ ਕਦੇ ਵੀ ਉਹਨੂੰ ਬਸਾਂ ਗੱਡੀ ਦਾ ਟਿਕਟ ਨਹੀਂ ਸੀ ਲੈਣ ਦਿੱਤਾ। ਤੰਗੀ ਤੁਰਸ਼ੀ ਦੇ ਬਾਵਜੂਦ ਵੀ ਭਾਂਜੇ ਦਾ ਕਿਰਾਇਆ ਖਰਚਣਾ ਉਹ ਆਪਣਾ اخلاਕੀ ਫਰਜ਼ ਸਮਝਦਾ ਸੀ ਤੇ ਜਦੋਂ ਤੀਰਥਰਾਮ ਦਾ ਆਪਣੇ ਸਿਰੀ ਨਾਲ ਝਗੜਾ ਹੋ ਗਿਆ ਸੀ ਤੇ ਗੱਲ ਥਾਣੇ ਪਹੁੰਚ ਗਈ ਸੀ ਉਦੋਂ ਵੀ ਆਜ਼ਾਦ ਆਪਣੇ ਭਨੋਈਏ ਦੇ ਹੱਕ 'ਚ ਚਟਾਨ ਬਣ ਕੇ ਡਟ ਗਿਆ ਸੀ ਆਜ਼ਾਦ ਤੋਂ ਡਰਦੇ ਮਾਰੇ ਥਾਣੇਦਾਰ ਸਰਦੂਲ ਸਿੰਘ ਤੀਰਥਰਾਮ ਤੋਂ 5 ਪੈਸੇ ਵੀ ਨਹੀਂ ਸੀ ਲੈ ਸਕਿਆ ਤੇ ਭੁਗਤਿਆ ਵੀ ਕਿਸੇ ਹੱਦ ਤੱਕ ਤੀਰਥਰਾਮ ਦੇ ਹੱਕ ਵਿੱਚ ਹੀ ਸੀ ਇਹ ਸਭ ਕੁਝ ਸੋਚ ਕੇ ਆਜ਼ਾਦ ਦਾ ਤਣਾਅ ਹੋਰ ਵੱਧ ਗਿਆ ਸੀ ਜਦੋਂ ਬਖਸ਼ੀ ਦੇ ਪਿੰਡ ਆਇਆ ਸੀ ਪਠਾਨਕੋਟ ਤੋਂ ਬਖਸ਼ੀ ਦੇ ਪਿੰਡ ਤੱਕ ਦੇ ਪਹਾੜੀ ਨਜ਼ਾਰਿਆਂ ਨੇ ਚਿੰਤਾਤਰ ਹੋਣ ਦੇ ਬਾਵਜੂਦ ਵੀ ਕੁਝ ਹੱਦ ਤੱਕ ਮਾਣੇ ਸਨ ਪਰ ਹੁਣ ਉਹਨੂੰ ਪਤਾ ਹੀ ਨਹੀਂ ਸੀ ਲੱਗਾ ਕਿ ਕਦੋਂ ਪਠਾਨਕੋਟ ਆ ਗਿਆ ਕੁਛਲਿਆ ਤੇ ਤੀਰਥਰਾਮ ਨਾਲ ਸੰਬੰਧਾਂ ਦੀ ਗੱਲ ਜੀ ਪੂਰੀ ਤਰ੍ਹਾਂ ਉਦੜੀ ਵੀ ਨਹੀਂ ਸੀ ਕਿ ਧਰਮਚੰਦ ਤੇ ਤੋਸ਼ੀ ਉਹਦੀ ਹਿੱਕ ਤੇ ਆ ਬੈਠੇ ਅਜ਼ਾਦ ਨੇ ਉਸ ਕਿਸਮ ਦਾ ਸਾਰਾ ਸਹਾਰਾ ਧਰਮਚੰਦ ਨੂੰ ਵੀ ਦਿੱਤਾ ਸੀ ਜਿਸ ਕਿਸਮ ਦਾ ਤੀਰਥਰਾਮ ਨੂੰ ਦੇ ਰਿਆ ਦਿੰਦਾ ਰਿਹਾ ਸੀ ਪਰ ਧਰਮਚੰਦ ਤੇ ਤੁਸ਼ੀ ਉੱਤੇ ਤਾਂ ਉਹਨੇ ਤੀਰਥਰਾਮ ਤੇ ਕੁਛ ਲਿਆ ਨਾਲ ਵਿਵਾਦ ਐਸਾਨ ਕੀਤੇ ਜਦੋਂ ਧਰਮਚੰਦ ਨੇ ਕਾਬਲਿਆਂ ਦੀ ਫੈਕਟਰੀ ਲਾਈ ਸੀ ਮਿਊਨਿਸਪਲ ਕਮੇਟੀ ਵਾਲੇ ਉਹਦਾ ਨਕਸ਼ਾ ਹੀ ਪਾਸ ਨਾ ਕਰਨ ਇਹ ਉਹ 5000 ਰੁਪਏ ਮੰਗੇ ਪਰ ਜਦੋਂ ਆਜ਼ਾਦੀ ਇਹ ਉਹਨੂੰ ਮਿਲਿਆ ਉਹਦੇ ਹੱਥਾਂ ਦੇ ਤੋਤੇ ਉੱਡ ਗਏ ਆਜ਼ਾਦ ਸਾਹਿਬ ਬਾਉਜੀ ਨੇ ਦੱਸਿਆ ਹੀ ਨਹੀਂ ਕਿ ਤੁਹਾਡੇ ਰਿਸ਼ਤੇਦਾਰ ਹੈ ਓਵਰਸੀਅਰ ਨੂੰ ਆ ਲੈਣ ਦਿਓ ਬਾਉ ਜੀ ਨੂੰ ਕਹਿਣਾ ਕੱਲ ਨੂੰ ਨਕਸ਼ਾ ਲੈ ਜਾ। ਸੱਚੀ ਗੱਲ ਐ। ਦੁਬਾਰਾ ਆ ਕੇ ਮੈਨੂੰ ਸ਼ਰਮਿੰਦਾ ਨਾ ਕਰਿਓ। ਇਹ ਉਹ ਦੇ ਆਜ਼ਾਦ ਸਾਹਮਣੇ ਕਿੰਨੇ ਚਿਰ ਹੱਥ ਜੁੜੇ ਰਹੇ। ਇੱਕ ਹੋਰ ਕੰਮ ਵੀ ਸੀ ਜੋ ਧਰਮਚੰਦ ਆਜ਼ਾਦ ਨੇ ਕੀਤਾ ਸੀ। ਤੋਸ਼ੀ ਦਾ ਮੁੰਡਾ 9ਵੀਂ 'ਚ ਫੇਲ ਹੋ ਗਿਆ ਸੀ। ਫੇਲ ਵੀ ਕੀ ਹੋਇਆ? ਇਮਤਿਹਾਨਾਂ ਵਿੱਚ ਉਹਦੇ ਸਿਰਫ 7% ਨੰਬਰ ਆਏ ਸੀ। ਮੁੰਡਾ ਮੜੋ ਸਕੂਲ 'ਚ ਜਾਣ ਨੂੰ ਤਿਆਰ ਨਹੀਂ ਸੀ। ਧਰਮਚੰਦ ਤੇ ਤੋਸ਼ੀ ਚਾਹੁੰਦੇ ਸੀ ਮੁੰਡਾ ਘੱਟੋ-ਘੱਟ میٹرਿਕ ਤਾਂ ਕਰੇ। ਬਾਣੀਆਂ ਦਾ ਮੁੰਡਾ 10ਵੀਂ ਪਾਸ ਤਾਂ ਹੋਣਾ ਹੀ ਚਾਹੀਦਾ। 10ਵੀਂ ਤੋਂ ਬਿਨਾਂ ਤਾਂ ਬਾਣੀਆਂ ਦੇ ਮੁੰਡੇ ਨੂੰ ਚੰਗਾ ਸਾਖ ਵੀ ਨਹੀਂ ਚੜਦਾ ਤੇ ਇਸ ਸ਼ਹਿਰ 'ਚ ਦੂਜਾ ਵਧੀਆ ਸਕੂਲ ਜੈਨ ਸਕੂਲ ਸੀ ਧਰਮਚੰਦ ਜੈਨ ਸਕੂਲ ਦੇ ਹੈਡਮਾਸਟਰ ਕੋਲ ਗਿਆ ਉਹਨੇ ਦੂਜੇ ਸਕੂਲ ਦੇ ਫੇਲ ਵਿਦਿਆਰਥੀ ਨੂੰ ਦਾਖਲਾ ਦੇਣ ਤੋਂ ਨਾ ਕਰਤੀ ਉਹ ਜੈਨ ਸਕੂਲ ਦੇ ਪ੍ਰਧਾਨ ਨੂੰ ਵੀ ਮਿਲਿਆ ਤੇ ਸਕੱਤਰ ਨੂੰ ਵੀ ਪਰ ਉਹਨਾਂ ਨੇ ਵੀ ਧਰਮਚੰਦ ਦੇ ਪੱਲੇ ਕੁਝ ਨਾ ਪਾਇਆ ਅਗਲੇ ਦਿਨ ਧਰਮਚੰਦ ਤੇ ਤੋਸ਼ੀ ਦੋਵੇਂ ਆਜ਼ਾਦ ਦੇ ਘਰ ਗਏ ਬੜੀਆਂ ਮਿੱਠੀਆਂ ਮਾਰੀਆਂ ਅਜ਼ਾਦ ਨੂੰ ਪਤਾ ਸੀ ਧਰਮਚੰਦ ਦਾ ਸ਼ਹਿਰ 'ਚ ਕੋਈ ਖਾਸ ਰਸੂਖ ਨਹੀਂ ਹੈ ਜਣੇ ਖਾਣੇ ਨਾਲ ਲੜ ਪੈਂਦਾ ਪਰ ਜਵਾਈ ਦੀ ਇੱਜ਼ਤ ਰੱਖਣਾ ਉਹਨੇ ਆਪਣਾ ਧਰਮ ਸਮਝਿਆ ਉਹ ਜੈਨ ਸਕੂਲ ਦੇ ਹੈਡਮਾਸਟਰ ਨੂੰ ਮਿਲਿਆ ਹੈਡਮਾਸਟਰ ਅਜ਼ਾਦ ਨੂੰ ਨਰਾਜ਼ ਨਹੀਂ ਸੀ ਕਰਨਾ ਚਾਹੁੰਦਾ ਉਹਨੇ ਮੁੰਡੇ ਨੂੰ ਦਾਖਲਾ ਦੇ ਦਿੱਤਾ ਮੁੰਡਾ ਸ਼ਾਮ ਨੂੰ ਅਜ਼ਾਦ ਦੇ ਘਰ ਆਇਆ ਤੇ ਉਹਨੂੰ ਕਿਹਾ ਕਿ ਪਾਪਾ ਤੇ ਮੰਮੀ ਨੇ ਉਹਨਾਂ ਨੂੰ ਬੁਲਾਇਆ ਅਜ਼ਾਦ ਉਸੇ ਵੇਲੇ ਉਹਦੇ ਨਾਲ ਤੁਰ ਪਿਆ ਅਜ਼ਾਦ ਸਾਹਮਣੇ ਅੰਗੂਰਾਂ ਦੀ ਪਲੇਟ ਰੱਖੀ ਕੈਂਪਾ ਖੋਲ੍ਹਿਆ ਧਰਮਚੰਦ ਬਹੁਤ ਹੀ ਖਿਹੜੇ ਪੈਂਦੇ ਉਨੇ ਇੱਕ ਦੋ ਅੰਗੂਰ ਮੂੰਹ ਚ ਪਾ ਲਏ। ਪਰੰਪਰਾਵਾਂ ਦਾ ਬੰਨਿਆ ਹੋਇਆ ਉਹ ਧੀ ਧੀਹਾੜੀ ਦਾ ਕੁਝ ਵੀ ਖਾਣਾ ਨਹੀਂ ਸੀ ਚਾਹੁੰਦਾ। ਉਹਨੂੰ ਮਹਿਸੂਸ ਹੋਇਆ ਕਿ ਧਰਮਚੰਦ ਤੇ ਤੋਸ਼ੀ ਉਹਦੇ ਬੇहद एहसानमंद ਹਨ। ਪਰ ਆਤਵਾਦੀਆਂ ਦੀ ਧਮਕੀ ਆਉਣ ਤੇ ਜਿਸ ਤਰ੍ਹਾਂ ਉਹਨਾਂ ਨੇ ਅੱਖਾਂ ਫੇਰ ਲਈਆਂ ਸਨ, ਉਸ ਉਤੇ ਆਜ਼ਾਦ ਨੂੰ ਬੜਾ ਗੁੱਸਾ ਆਇਆ ਸੀ। ਉਸ ਅੰਦਰ ਧਰਮਚੰਦ ਨੂੰ ਸਬਕ ਸਿਖਾਉਣ ਦੀ ਅੱਗ ਭਾਂਬੜ ਬਣਦੀ ਜਾ ਰਹੀ ਸੀ। ਸਾਲਾ एहसान फरामोश। ਦਿਲੀ ਦਿਲ 'ਚ ਉਸ ਤੋਂ ਧਰਮਚੰਦ ਨੂੰ ਕਈ ਗਾਲਾਂ ਕੱਢੀਆਂ ਗਈਆਂ। ਰਿਸ਼ਤਿਆਂ ਦਾ ਤੀਜਾ ਕਿਸਮੈਲਾ ਹੋਇਆ ਰੰਗ ਉਹਨੂੰ ਬਖਸ਼ੀ ਤੇ ਲక్ష్ਮੀ ਦੇ ਵਿਹਾਰ ਚ ਨਜ਼ਰ ਆ ਰਿਹਾ ਸੀ ਪਤਾ ਨਹੀਂ ਕਿਉਂ ਉਹਨੂੰ ਪਹਾੜੀ ਰਾਜਿਆਂ ਨਾਲ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਦਾ ਚੇਤਾ ਆ ਗਿਆ ਪਰ ਛੇਤੀ ਹੋਏ ਇਸ ਭਾਵਨਾ ਤੋਂ ਮੁਕਤ ਹੋ ਗਿਆ ਮਨੁੱਖ ਮਨੁੱਖ ਹੁੰਦਾ ਹੈ ਭਾਵੇਂ ਉਹ ਕਿਤੇ ਵੀ ਹੋਵੇ ਭਾਵੇਂ ਉਹ ਕੋਈ ਵੀ ਹੋਵੇ ਮਨੁੱਖ ਖੁਦਗਰਜ਼ ਹੈ ਸਮਾਜ ਤੋਂ ਟੁੱਟੇ ਮਨੁੱਖ ਲਈ ਉਸ ਅੰਦਰ ਘੋਰ ਨਫ਼ਰਤ ਜਾਗ ਰਹੀ ਸੀ ਭਾਵਾਂ ਤੇ ਵਿਚਾਰਾਂ ਦੀ ਇਸ ਉਹਢੇੜ ਬੰਚ ਉਹਨੂੰ ਪਤਾ ਹੀ ਨਹੀਂ ਸੀ ਲੱਗਾ ਜਦੋਂ ਉਹਨੇ ਲੁਧਿਆਣੇ ਆ ਕੇ ਗੱਡੀ ਬਦਲ ਲੀ ਜਦ ਗੱਡੀ ਤੋਂ ਉਤਰ ਕੇ ਆਜ਼ਾਦ ਟ੍ਰੇਡ ਯੂਨੀਅਨ ਦਫ਼ਤਰ ਵੱਲ ਜਾ ਰਿਹਾ ਸੀ ਤਾਂ ਨੋਨੀ ਬਿਲਕੁਲ ਉਹਦੇ ਨਾਲ ਤੁਰ ਰਿਹਾ ਸੀ ਕਦੇ-ਕਦੇ ਨੋਨੀ ਆਜ਼ਾਦ ਤੋਂ ਵੀ ਦੋ ਕਦਮ ਅੱਗੇ ਹੋ ਜਾਂਦਾ ਨੋਨੀ ਤੇ ਆਜ਼ਾਦ ਨੂੰ ਆਉਂਦੇ ਗੋਬਿੰਦ ਨੇ ਤਾਕੀ ਚੋ ਦੇਖ ਲਿਆ ਸੀ ਤੇ ਨੰਗੇ ਪੈਰੀ ਉਹਨਾਂ ਦੇ ਸਵਾਗਤ ਲਈ ਉਤਰ ਆਇਆ ਤੇ ਪਿੱਛੋਂ ਇਸ਼faq ਵੀ ਬੜੇ ਮੌਕੇ 'ਤੇ ਰਾਇ ਕਾਲੀ ਸੈਂਚਰੀ ਵਾਲਿਆਂ ਨੇ ਸਾਡੇ ਦੋ ਵਰਕਰਾਂ ਨੂੰ ਗੇਟ ਦੇ ਅੰਦਰ ਨਹੀਂ ਜਾਣ ਦਿੱਤਾ ਅਸੀਂ ਹੜਤਾਲ ਇਸ਼faq ਤੇ ਗੋਬਿੰਦ ਆਜ਼ਾਦ ਨਾਲ ਬਗਲਗੀਰ ਹੁੰਦੇ ਹੋਏ ਜਿਵੇਂ ਇੱਕ ਪਲ ਵਿੱਚ ਹੀ ਸੈਂਚਰੀ ਚ ਵਾਪਰੀਆਂ ਸਾਰੀਆਂ ਘਟਨਾਵਾਂ ਆਜ਼ਾਦ ਨੂੰ ਦੱਸ ਦੇਣੀਆਂ ਚਾਹੁੰਦੇ ਹਾਂ ਇਸ਼faq ਨੇ ਤਾਂ ਜਿਵੇਂ ਅਜ਼ਾਦ ਦੀ ਬਾਹ ਵਿੱਚ ਬੰਮ ਪਾਈ ਹੋਈ ਸੀ ਤੇ ਬਿੱਲੀ ਜੇ ਕੱਦ ਵਾਲੇ ਨੂਨੀ ਨੂੰ ਗੋਬਿੰਦ ਮੋਢੇ ਤੇ ਚੁੱਕ ਕੇ ਪੌੜੀਆਂ ਚੜ ਰਿਹਾ ਸੀ ਟ੍ਰੇਡ ਯੂਨੀਅਨ ਦਫ਼ਤਰ ਦੀਆਂ ਪੌੜੀਆਂ ਚੜਦੇ ਉਹਨਾਂ ਨੂੰ ਲੱਗ ਰਿਹਾ ਸੀ ਜਿਵੇਂ ਆਪਣੇ ਅਸਲੀ ਘਰ ਆ ਗਏ ਹੋਣ ਆਜ਼ਾਦ ਨੂੰ ਵੀ ਤੇ ਸ਼ਾਇਦ ਨੂਨੀ ਨੂੰ ਵੀ ਧੰਨਵਾਦ